ਜੀ ਸਾਰੇ ਕਿਵੇਂ ਹੋ ਜੀ? ਹੋਪਲੀ ਸਾਰੇ ਵਧੀਆ ਹੋਵੋਗੇ ਜੀ। ਤੇ ਅੱਜ ਆਪਾਂ ਕਾਫੀ ਅਪਡੇਟ ਤੁਹਾਡੇ ਨਾਲ ਸਾਂਝੀ ਕਰਨੀ ਆ, ਜਿੱਦਾਂ ਕਿ ਵੀ ਇਲੈਕਸ਼ਨ ਦੇ ਬਾਰੇ ਜੋ ਵੀ ਅਪਡੇਟ ਨੇ ਉਹ ਤੁਹਾਡੇ ਨਾਲ ਆਪਾਂ ਸਾਰੀਆਂ ਸਾਂਝੀ ਕਰਾਂਗੇ। ਤੇ ਇੱਕ ਗੱਲ ਹੋਰ ਆ ਗਈ, ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਜਾਂ ਆਪਾਂ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਜੀ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਜੀ, ਤੇ ਤਾਂ ਜੋ ਤੁਹਾਨੂੰ ਨਵੀਂ ਤੋਂ ਨਵੀਂ ਆਪਾਂ ਅਪਡੇਟ ਦੇ ਸਕੀਏ। ਪਹਿਲਾਂ ਤਾਂ ਜੀ ਜੋ ਬਾਈਡਨ ਸਾਹਿਬ ਨੂੰ ਜੀ ਬਹੁਤ ਬਹੁਤ ਮੁਬਾਰਕਾਂ ਦੇਵਾਂਗੇ, ਜੋ ਕਿ ਅਮਰੀਕਾ ਦੇ ਨਵੇਂ ਤੇ 46ਵੇਂ ਰਾਸ਼ਟਰਪਤੀ ਬਣੇ ਨੇ ਜੀ, ਜਿਨ੍ਹਾਂ ਨੂੰ ਜੀ ਜੋ ਬਾਈਡਨ ਸਾਹਿਬ ਨੂੰ ਬਹੁਤ ਬਹੁਤ ਮੁਬਾਰਕਾਂ ਸਭ ਤੋਂ ਪਹਿਲਾਂ ਤਾਂ ਜੀ। ਪਰ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਇਹ ਰਾਸ਼ਟਰਪਤੀ ਇੰਨੀ ਸੌਖੇ ਨਹੀਂ ਬਣੇ ਹੈਗੇ ਨਾ, ਆਪਾਂ ਨੂੰ ਪਤਾ ਹੀ ਹੈ ਕਿ ਪਿਛਲੇ ਟਾਈਮ ਤੋਂ ਕਾਫੀ ਜ਼ਿਆਦਾ ਦੋਨੇ ਪਾਰਟੀਆਂ ਦਾ ਜ਼ੋਰ ਲੱਗਿਆ ਹੋਇਆ, ਪਰ ਇਹ ਇਸ ਟਾਈਮ ਇਹ ਵਿਨ ਕਰ ਚੁੱਕੇ ਨੇ। ਅਤੇ ਤੁਸੀਂ ਸਾਰਿਆਂ ਦੇਖਿਆ ਹੀ ਹੈ ਕਿ ਕਿੰਨਾ ਜ਼ਿਆਦਾ ਹਾਰਡ ਮੁਕਾਬਲਾ ਸੀਗਾ ਨਾ, ਜ਼ਿਆਦਾਤਰ ਜਿੱਦਾਂ ਕਿ ਪੈਨਸਿਲਵੇਨੀਆ, ਨਵੇਡਾ, ਜੋਰਜੀਆ ਦੇ ਵਿੱਚ ਨਿੱਕ ਟੂ ਨਿੱਕ ਮੁਕਾਬਲਾ ਚੱਲ ਰਿਹਾ ਸੀਗਾ। ਅਤੇ ਪਰ ਆਖਰ ਨੂੰ ਇੱਕ ਜਣੇ ਦਾ ਜਿੱਤ ਹੋਣੀ ਆ ਜੀ, ਹੈ ਨਾ, ਅਤੇ ਉਸਦੇ ਵਿੱਚ ਜੋ ਬਾਈਡਨ ਸਾਹਿਬ ਵਿਨ ਕਰ ਚੁੱਕੇ ਨੇ ਜੀ। ਅਤੇ ਜਿਹੜੀ ਆਪਣੇ ਕੋਲ ਤਾਜ਼ਾ ਜਾਣਕਾਰੀ ਆਈ ਆ ਵੀ ਜੋ ਬਾਈਡਨ ਸਾਹਿਬ ਨੂੰ ਜੇਤੂ ਕਰਾਰ ਦਿੱਤਾ ਗਿਆ, ਕਿਉਂਕਿ ਉਹਨਾਂ ਦੇ ਕੋਲ ਹੁਣ ਇਲੈਕਟ੍ਰਿਕ ਜਿਹੜੀਆਂ ਵੋਟਾਂ ਸੀਗੀਆਂ, ਜਿਹੜੀਆਂ ਸੀਟਾਂ ਆਪਾਂ ਕਹਿੰਦੇ ਹਾਂ ਉਮੀਦਵਾਰ ਦੀਆਂ ਸੀਟਾਂ ਹੁੰਦੀਆਂ ਨੇ, ਉਹ 290 ਹੋ ਗਈਆਂ ਨੇ। ਅਤੇ ਜਿੱਤਣ ਦੇ ਲਈ 270 ਚਾਹੀਦੇ ਨੇ, ਪਰ ਇਹਨਾਂ ਦੇ ਕੋਲ ਹੁਣ 290 ਹੋ ਗਈਆਂ ਨੇ। ਜਿਵੇਂ ਕਿ ਅਮਰੀਕਾ ਦੇ ਵਿੱਚ ਵੋਟਾਂ ਦੀ ਗਿਣਤੀ ਹੈ ਜਿਹੜੀ, ਉਹਨੂੰ ਆਪਾਂ ਕਾਊਂਟ ਨਹੀਂ ਜ਼ਿਆਦਾ ਕੀਤਾ ਜਾਂਦਾ, ਉਸਨੂੰ ਕਾਊਂਟ ਕਰਕੇ ਆਪਾਂ ਜਿੱਤ ਨੂੰ ਜਿੱਤ ਨਹੀਂ ਮੰਨੀ ਜਾ ਸਕਦੀ, ਹੈ ਨਾ। ਅਤੇ ਉਹ ਸਿਰਫ ਇਲੈਕਟ੍ਰਿਕ ਜਿਹੜੀਆਂ ਵੋਟਾਂ ਨੇ ਉਹਨਾਂ ਨੂੰ ਕਾਊਂਟ ਕਰਦੇ ਨੇ, ਵੀ ਜਿਨ੍ਹਾਂ ਦੇ ਇਲੈਕਟ੍ਰਿਕ ਵੋਟ ਜ਼ਿਆਦਾ ਉਮੀਦਵਾਰ ਨੇ ਨਾ, ਅਤੇ ਉਹ ਉਸਨੂੰ ਹੀ ਕਾਊਂਟ ਕੀਤਾ ਜਾਂਦਾ ਵਾ। ਜਿਹੜੀ ਇਲੈਕਟ੍ਰਿਕ ਵੋਟ ਬਾਰੇ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਕਿ ਹੁਣ ਜਿਹੜੀਆਂ ਕਿ ਸਟੇਟ ਦੇ ਵਿੱਚ ਇਲੈਕਟ੍ਰਿਕ ਵੋਟਾਂ ਨੇ ਜਿਹੜੀਆਂ ਉਮੀਦਵਾਰ ਹੁੰਦੇ ਨੇ, ਜਿਵੇਂ ਕਿ ਕੈਲੀਫੋਰਨੀਆ ਦੇ ਵਿੱਚ 55 ਅਤੇ ਇਸ ਤਰ੍ਹਾਂ ਸਾਰੀਆਂ ਸਟੇਟਾਂ ਦੇ ਵਿੱਚ ਉਹਨਾਂ ਦੀ ਸੰਖਿਆ ਦੇ ਹਿਸਾਬ ਨਾਲ ਹੀ ਜਿਹੜੇ ਇਲੈਕਟ੍ਰਿਕ ਉਮੀਦਵਾਰ ਹੁੰਦੇ ਨੇ। ਇਹਨਾਂ ਸਾਰਿਆਂ ਸਟੇਟਾਂ ਦੇ ਜਿਹੜੇ ਉਮੀਦਵਾਰਾਂ ਨੂੰ ਜੋੜਿਆ ਜਾਂਦਾ, ਜਦੋਂ ਉਹਨਾਂ ਨੂੰ ਸਾਰਿਆਂ ਨੂੰ ਇਕੱਠਾ ਕਰਕੇ ਹਰੇਕ ਸਟੇਟ ਦੇ ਵਿੱਚੋਂ ਇਹਨਾਂ ਨੂੰ ਜੋੜਿਆ ਜਾਂਦਾ, ਤਾਂ ਉਹ 270 ਬਣ ਜਾਂਦੇ ਨੇ। ਅਤੇ ਜਿਹੜੀ ਪਾਰਟੀ ਦੇ ਉਮੀਦਵਾਰ 270 ਹੋ ਜਾਂਦੇ ਨੇ, ਅਤੇ ਉਹਨਾਂ ਨੂੰ ਇਹ ਜਿੱਤ ਮਿਲ ਜਾਂਦੀ ਹੈ, ਜਿੱਤ ਕਰਾਰ ਦਿੱਤੀ ਜਾਂਦੀ ਆ। ਅਤੇ ਦੂਜੇ ਪਾਸੇ ਜਿੱਦਾਂ ਕਿ ਸਵਿੰਗ ਸਟੇਟਾਂ ਬਾਰੇ ਵੀ ਤੁਹਾਨੂੰ ਦੱਸ ਦਿੰਦਾ ਜੀ ਮੈਂ ਥੋੜ੍ਹਾ ਬਹੁਤ। ਅਤੇ ਅਮਰੀਕਾ ਦੇ ਵਿੱਚ ਕਈ ਜਿੱਦਾਂ ਸਵਿੰਗ ਸਟੇਟਸ ਹੁੰਦੀਆਂ ਨੇ ਕਿ ਜਿਹੜੀਆਂ ਕਿ ਕਿਸੇ ਵੀ ਪਾਰਟੀ ਦੇ ਨਾਲ ਨਹੀਂ ਹੁੰਦੀਆਂ, ਕਿ ਇਹਨਾਂ ਦਾ ਕੋਈ ਮਾਇੰਡ ਸੈਟਅਪ ਨਹੀਂ ਬਣਿਆ ਹੁੰਦਾ, ਹੈ ਨਾ, ਵੀ ਇਹਨਾਂ ਦੀਆਂ ਵੋਟਾਂ ਨੇ ਜਿਹੜੀਆਂ ਉਹ ਕਿਸ ਪਾਸੇ ਨੂੰ ਜਾਣੀਆਂ ਨੇ। ਅਤੇ ਇਸ ਕਰਕੇ ਇਹਨਾਂ ਸਟੇਟਾਂ ਨੂੰ ਜਿੱਤਣ ਦੇ ਲਈ ਦੋਨੇ ਪਾਰਟੀਆਂ ਦਾ ਕਾਫੀ ਜ਼ਿਆਦਾ ਜ਼ੋਰ ਲੱਗਿਆ ਸੀਗਾ, ਹੈ ਨਾ। ਪਿਛਲੇ ਆਪਾਂ ਦੇਖ ਰਹੇ ਹਾਂ ਕਿ ਮਹੀਨਾ ਦੋ ਮਹੀਨੇ ਤੋਂ ਕਾਫੀ ਜ਼ਿਆਦਾ ਉੱਥੇ ਹੀ ਇਹਨਾਂ ਦੀਆਂ ਜਿਹੜੀਆਂ ਕੰਪੇਨਸ ਵਗੈਰਾ ਚੱਲ ਰਹੀਆਂ ਸੀ ਉੱਥੇ ਜ਼ਿਆਦਾ ਚੱਲ ਰਹੀਆਂ ਸੀ, ਹੈ ਨਾ। ਅਤੇ ਇਹ ਜਿਹੜੀਆਂ ਸਵਿੰਗ ਸਟੇਟਾਂ ਨੇ ਇਹਨਾਂ ਦੇ ਉੱਤੇ ਵੀ ਅਮੈਰੀਕਾ ਦੀ ਜਿਹੜੀ ਇਲੈਕਸ਼ਨ ਦਾ ਬਹੁਤ ਪ੍ਰਭਾਵ ਪੈਂਦਾ ਵਾ ਜਿੱਤਣ ਦੇ ਲਈ, ਜਿਵੇਂ ਕਿ ਨਵੇਡਾ ਹੋ ਗਈ, ਪੈਨਸਿਲਵੇਨੀਆ, ਜੋਰਜੀਆ, ਨੌਰਥ ਕਰਲੀਨਾ, ਫਲੋਰੀਡਾ, ਅਰੀਜ਼ੋਨਾ ਅਤੇ ਹੋਰ ਵੀ ਕਈ ਸਟੇਟਾਂ ਨੇ, ਹੈ ਨਾ। ਅਤੇ ਇਹਨਾਂ ਦੇ ਲੋਕਾਂ ਦਾ ਜਿਹੜਾ ਮਾਇੰਡ ਦਾ ਕੁਛ ਪਤਾ ਨਹੀਂ ਹੁੰਦਾ ਕਿ ਇਹਨਾਂ ਨੇ ਕਿਸ ਨੂੰ ਵੋਟ ਕਰਨੀ ਆ, ਕਿਉਂਕਿ ਬਾਕੀ ਸਟੇਟਾਂ ਦਾ ਤਾਂ ਹਰ ਉਮੀਦਵਾਰ ਨੂੰ ਪਤਾ ਹੀ ਹੁੰਦਾ ਵਾ, ਹੈ ਨਾ, ਕਿ ਵੀ ਇਹ ਸਟੇਟ ਮੇਰੀ ਆ, ਵੀ ਡੈਮੋਕਰੇਟ ਆ ਜਾਂ ਰਿਪਬਲਿਕਨ ਆ, ਹੈ ਨਾ। ਪਰ ਜਿਹੜੀਆਂ ਸਵਿੰਗ ਸਟੇਟਾਂ ਨੇ ਇਸ ਦੇ ਬਾਰੇ ਪਤਾ ਨਹੀਂ ਹੁੰਦਾ ਕਿ ਦੋਨਾਂ ਪਾਰਟੀਆਂ ਨੂੰ ਵੀ ਇਹ ਇੱਥੋਂ ਵੋਟਾਂ ਇਹ ਜਿਹੜੀਆਂ ਇਲੈਕਟ੍ਰੋਨਿਕ ਜਿਹੜੀਆਂ ਇਲੈਕਟ੍ਰਿਕ ਸੀਟਾਂ ਨੇ ਵੀ ਇਹ ਕਿੱਦਾਂ ਨੂੰ ਜਾਣੀਆਂ ਨੇ। ਇਸ ਕਰਕੇ ਦੋਨੇ ਪਾਰਟੀਆਂ ਦਾ ਜ਼ੋਰ ਇਹਨਾਂ 'ਤੇ ਸਵਿੰਗ ਸਟੇਟ 'ਤੇ ਲੱਗਿਆ ਹੁੰਦਾ। ਅਤੇ ਜਿੱਦਾਂ ਹੁਣ ਵੀ ਆਪਾਂ ਦੇਖਿਆ ਹੀ ਆ ਵੀ ਜਿਹੜੀਆਂ ਹੁਣ ਲਾਸਟ ਕੱਲ੍ਹ ਤੱਕ ਵੀ ਜਿਹੜੀਆਂ ਸਟੇਟਾਂ ਸੀਗੀਆਂ ਜਿਹੜੀਆਂ ਸਵਿੰਗ ਸਟੇਟਾਂ 'ਤੇ ਜਾ ਕੇ ਕੰਮ ਖੜ ਗਿਆ ਸੀਗਾ, ਹੈ ਨਾ। ਅਤੇ ਇਸੇ ਤਰ੍ਹਾਂ ਵੀ ਜਿਹੜੀਆਂ ਇਹ ਸਟੇਟਾਂ ਦਾ ਜਿਹੜਾ ਹਜੇ ਪੂਰਾ ਰਿਜ਼ਲਟ ਨਹੀਂ ਆਇਆ ਜਿਹੜੀਆਂ, ਪਰ ਆਲਰੇਡੀ ਜੋ ਬਾਈਡਨ ਸਾਹਿਬ ਨੂੰ ਪ੍ਰੈਜੀਡੈਂਟ ਬਣਾ ਦਿੱਤਾ ਗਿਆ ਵਾ। ਅਤੇ ਕਿਉਂਕਿ ਉਹਨਾਂ ਨੂੰ 270 ਚਾਹੀਦੇ ਸੀਗੇ, ਪਰ ਉਹਨਾਂ ਦੇ 270 ਤੋਂ ਉੱਤੇ ਹੋ ਚੁੱਕੇ ਨੇ, ਪਾਰ ਕਰ ਗਏ ਨੇ ਹੁਣ ਉਹ, ਅਤੇ ਇਸ ਕਰਕੇ ਉਹਨਾਂ ਨੂੰ ਜੇਤੂ ਕਰਾਰ ਦਿੱਤਾ ਗਿਆ। ਪਰ ਇਹ ਇਹਨਾਂ ਨੂੰ ਜਿਹੜੀਆਂ ਹਜੇ ਦੋ ਸਟੇਟਾਂ ਨੇ, ਹਜੇ ਉਹਨਾਂ ਦਾ ਰਿਜ਼ਲਟ ਆਉਣਾ ਹਜੇ ਬਾਕੀ ਹੈ, ਕਿਉਂਕਿ ਜਿਹੜੀਆਂ ਉੱਥੇ ਵੋਟਾਂ ਨੇ ਕਾਊਂਟ ਕੀਤੀਆਂ ਜਾਂਦੀਆਂ ਨੇ, ਕਿਉਂਕਿ ਮੇਲ ਇਨ ਵੈਲਿਡ ਲੋਕਾਂ ਨੇ ਜ਼ਿਆਦਾ ਐਤਕੀ ਕੀਤੀਆਂ ਸੀਗੀਆਂ, ਅਤੇ 70-80% ਮੇਲ ਇਨ ਵੈਲਿਡ ਆਈਆਂ ਸੀਗੀਆਂ, ਕਿ ਜਿਹਦੇ ਕਰਕੇ ਉਹਨਾਂ ਨੂੰ ਕਾਊਂਟ ਕਰਨਾ ਬਹੁਤ ਜ਼ਿਆਦਾ ਟਾਈਮ ਲੱਗਣਾ ਸੀ ਨਾ, ਅਤੇ ਇਸ ਕਰਕੇ ਜ਼ਿਆਦਾ ਸਮਾਂ ਲੱਗ ਗਿਆ। ਨਹੀਂ ਤਾਂ 3 ਨਵੰਬਰ ਨੂੰ ਇਹਦਾ ਐਲਾਨ ਹੋ ਜਾਣਾ ਸੀ ਵੀ ਕਿਹੜਾ ਪ੍ਰੈਜੀਡੈਂਟ ਬਣਿਆ, ਕਿਹੜਾ ਵਿਨ ਹੋਇਆ ਵਾ। ਅਤੇ ਹੁਣ ਤੁਹਾਨੂੰ ਮੈਂ ਇੱਕ ਹੋਰ ਦੱਸ ਦੇਵਾਂ ਕਿ ਜਦੋਂ ਕਿ ਹੁਣ ਇਹ ਜੋ ਬਾਈਡਨ ਸਾਹਿਬ ਜਿੱਤ ਚੁੱਕੇ ਨੇ, ਇਹਨਾਂ ਨੇ 20 ਜਨਵਰੀ ਨੂੰ ਆਪਣੀ ਸਹੁੰ ਚੁੱਕ ਕੇ ਆਪਣਾ ਕੰਮ ਸੰਭਾਲਣਾ ਵਾ। ਉਦੋਂ ਤੱਕ ਇਹ ਆਪਣੇ ਜਿਹੜੇ ਆਪਣੇ ਪ੍ਰੈਜੀਡੈਂਟ ਸੀਗੇ ਟਰੰਪ ਸਾਹਿਬ, ਇਹ ਕੰਮ ਕਰਨਗੇ, ਅਤੇ ਉਸ ਤੋਂ ਬਾਅਦ ਇਹ ਸਹੁੰ ਚੱਕ ਕੇ ਆਪਣਾ ਇਹ ਅਗਲਾ ਕੰਮ ਜੋ ਵੀ ਇਹਨਾਂ ਨੇ ਫੈਸਲੇ ਨਵੇਂ ਲੈਣੇ ਨੇ ਉਹ ਉਸ ਤੋਂ ਬਾਅਦ ਹੀ ਕਰਨਗੇ। ਚੰਗਾ ਜੀ, ਫਿਰ ਸਤਿ ਸ਼੍ਰੀ ਅਕਾਲ, ਮਿਲਦੇ ਹਾਂ ਤੁਹਾਨੂੰ ਇੱਕ ਨਵੀਂ ਵੀਡੀਓ ਦੇ ਵਿੱਚ, ਅਤੇ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।